ਟਾਂਡਾ ਦੇ ਪਿੰਡ ਜਲਾਲਪੁਰ ਦੇ ਵਿੱਚ ਇੱਕ 6 ਸਾਲਾਂ ਬੱਚੀ ਦੀ ਸੜੀ ਹੋਈ ਲਾਸ਼ ਬਰਾਮਦ ਹੋਈ ਸੀ। ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਉਕਤ ਬੱਚੀ ਦਾ ਜਬਰ ਜਨਾਹ ਕਰਨ ਉਪਰੰਤ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਸ ਕਰਕੇ ਸਾਰੇ ਪੰਜਾਬ ਨੂੰ ਸ਼ਰਮਸਾਰ ਮਹਿਸੂਸ ਹੋ ਰਿਹਾ ਹੈ। ਤੇ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਦਾਦਾ ਪੋਤਾ ਤੇ 2 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦਰਦਨਾਕ ਘਟਨਾ ਤੋਂ ਬਾਅਦ ਬੱਚੀ ਦੇ ਪਰਿਵਾਰ ਦੇ ਨਾਲ ਨਾਲ ਇਲਾਕੇ ਦੇ ਲੋਕਾਂ ਦੇ ਵਿੱਚ ਗੁੱਸੇ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਉਧਰ ਚਾਈਲਡ ਕਮਿਸ਼ਨ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਟਾਂਡਾ ਵਿਖੇ 6 ਸਾਲਾ ਬੱਚੀ ਦੇ ਨਾਲ ਬਲਾਤਕਾਰ ਔਰ ਉਸ ਤੋਂ ਬਾਅਦ ਉਸਦਾ ਕਤਲ ਕਰਨ ਔਰ ਉਸਨੂੰ ਅੱਗ ਹਵਾਲੇ ਕਰਨ ਦੀ ਜਿਹੜੀ ਇਹ ਖਬਰ ਸਾਹਮਣੇ ਆਈ ਹੈ, ਇਸ ਦੇ ਉੱਤੇ ਪੰਜਾਬ ਰਾਜ ਬਾਲ ਕਮਿਸ਼ਨ ਨੇ ਇਸਦਾ ਸਖ਼ਤ ਨੋਟਿਸ ਲਿਆ ਹੈ। ਇਹ ਬੱਚੇ ਨਾਲ ਸੰਬੰਧਿਤ ਮਸਲਾ ਹੈ, ਇਸ ਦੇ ਉੱਤੇ ਪੋਕਸੋ ਦੀਆਂ ਧਾਰਾ ਲੱਗਣੀਆਂ ਚਾਹੀਦੀਆਂ ਹਨ। ਔਰ ਪੋਕਸੋ ਦੀ ਧਾਰਾ 6 ਜਿਹੜੀ ਇਹ ਕਹਿੰਦੀ ਹੈ ਕਿ ਇਸ ਦੇ ਵਿੱਚ ਉਮਰ ਕੈਦ ਦੀ ਜਾਂ ਜਦੋਂ ਤੱਕ ਮੌਤ ਨਾ ਹੋ ਜਾਵੇ ਉਸ ਵੇਲੇ ਤੱਕ ਕੈਦ 'ਚ ਰੱਖਣ ਦੀ ਜਿਹੜੀ ਹੈ ਉਹ ਪ੍ਰੋਵੀਜ਼ਨ ਹੈ। ਔਰ ਇਸ ਜਿਹੜੇ ਦੋਸ਼ੀ ਨੇ ਔਰ ਇਸ ਕੇਸ ਦੇ ਵਿੱਚ ਇਹਨਾਂ ਦੋਸ਼ੀਆਂ ਦੇ ਵਿਰੁੱਧ ਜਿਹੜੀ ਹੈ ਇਹ ਪੋਕਸੋ ਦੀ ਧਾਰਾ 6 ਦੀ ਮੰਗ ਕਰਦੇ ਹੋਏ ਅਸੀਂ ਹੁਸ਼ਿਆਰਪੁਰ ਦੇ SSP ਨੂੰ ਪੱਤਰ ਲਿਖਿਆ ਔਰ ਵਿਸਤ੍ਰਿਤ ਰਿਪੋਰਟ ਜਿਹੜੀ ਹੈ 29 ਤਰੀਕ ਤੱਕ ਮੰਗੀ ਹੈ ਕਿ ਇਹ ਦੋਸ਼ੀ ਕਿਸੇ ਵੀ ਹਾਲਾਤ ਦੇ ਵਿੱਚ ਬਖਸ਼ੇ ਨਹੀਂ ਜਾਣੇ ਚਾਹੀਦੇ। ਇਹ ਜੇ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਹ ਜਿਹੜਾ ਕੇਸ ਹੈ ਇਹ ਫਾਸਟ ਟਰੈਕ ਕੋਰਟ ਦੇ ਵਿੱਚ ਚੱਲਣਾ ਚਾਹੀਦਾ ਤਾਂ ਕਿ ਸਮਾਜ ਦੇ ਵਿੱਚ ਅਜਿਹੀ ਘਿਨਾਉਣੀ ਹਰਕਤ ਦੀ ਕੋਈ ਜਿਹੜੀ ਸੋਚ ਵੀ ਨਾ ਸਕੇ ਔਰ ਇਹ ਸਮਾਜ ਦੇ ਉੱਤੇ ਇਹਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਕਲੰਕ ਹੁੰਦੀਆਂ ਨੇ। ਇਹ ਸਮਾਜ ਨੂੰ ਦੇ ਇੱਕ ਬਹੁਤ ਬੁਰਾਈ, ਵੱਡੀ ਬੁਰਾਈ ਕਹਿ ਸਕਦੇ ਹਾਂ। ਇਸ ਦੇ ਉੱਤੇ ਰੋਕ ਲੱਗਣੀ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਅਜਿਹਾ ਘਿਨਾਉਣਾ ਕਾਰਾ ਨਾ ਬਰਦਾਸ਼ਤਯੋਗ ਹੈ ਔਰ ਕਮਿਸ਼ਨ ਜਿਹੜਾ ਹੈ ਗੰਭੀਰ ਹੈ ਇਸ ਮਸਲੇ ਦੇ ਉੱਤੇ।